ਇੱਥੇ ਹਰ ਵਰਗ ਦਾ ਸਾਹ ਘੁੱਟਿਆ ਹੋਇਆ। ਤੁਸੀਂ ਮੁੱਖ ਮੰਤਰੀ ਹੋ, ਤੁਹਾਡੇ ਤੋਂ ਗੋਦਾਮ ਨਹੀਂ ਖਾਲੀ ਕਰਾਏ ਜਾਂਦੇ। ਡੱਕੇ ਦਾ ਮੁੱਖ ਮੰਤਰੀ ਚੁਣ ਕੇ ਰੱਖਿਆ ਹੋਇਆ, ਡੱਕਿਆ ਰਹਿੰਦਾ ਸ਼ਰਾਬ 'ਚ, ਅਤੇ ਇੱਥੇ ਸਾਰੀ ਦੁਨੀਆ ਰੁੱਲ ਰਹੀ ਹੈ। ਜਿਹਨੂੰ ਅਕਲ ਹੀ ਨਾ ਹੋਵੇ ਉਹਨੂੰ ਆਪਾਂ ਚੁਣ ਕੇ ਮੁੱਖ ਮੰਤਰੀ ਬਣਾ ਰਹੇ ਹਾਂ, ਫਿਰ ਆਪਾਂ ਰੁੱਲਦੇ ਹਾਂ। DSP ਸਤਵੀਰ ਸਿੰਘ, ਮੇਰੀ ਗੱਲ ਸੁਣ ਲੈ ਧਿਆਨ ਨਾਲ। ਜਿਹੜਾ ਕੇਸ ਤੁਹਾਡੇ 'ਤੇ ਮੈਂ ਤਿਆਰ ਕਰ ਰਿਹਾ, ਤਿਆਰ ਰਹਿ ਲਓ, ਥੋੜ੍ਹਾ ਜਿਹਾ ਸਮਾਂ ਰਹਿੰਦਾ। ਇਹੀ ਚੇਅਰਮੈਨ, ਜੇ ਤੁਸੀਂ ਯਾਦ ਕਰੋਗੇ, ਏਸੀ ਮੀਥੇਡ ਵਾਸਤੇ ਖੁੱਲ੍ਹ ਖੁੱਲ੍ਹ ਕੇ 2 ਮਹੀਨੇ ਪਹਿਲਾਂ ਪ੍ਰਚਾਰ ਕਰ ਰਹੇ ਸੀ, ਹੁਣ ਇਹ ਕਰਪਟ ਹੋ ਗਿਆ। ਇਹਨਾਂ ਦਾ ਇਕੱਲਾ ਇਕੱਲਾ ਬੰਦਾ ਕੁਰਸੀ ਲਈ ਤਰਸ ਰਿਹਾ। ਕੋਈ ਲੋਮੜੀ ਜਾਂ ਕੋਈ ਜਾਨਵਰ ਜਦੋਂ ਭੱਜਿਆ ਭੱਜਿਆ ਆਉਂਦਾ ਅਤੇ ਮੂੰਹ 'ਚੋਂ ਥੁੱਕ ਨਿਕਲਦਾ, ਇਹਨਾਂ ਦਾ ਮੂੰਹ 'ਚੋਂ ਥੁੱਕ ਨਿਕਲ ਰਿਹਾ ਕੁਰਸੀ। ਮਗਰ ਇਹ ਇਹੋ ਜਿਹੇ ਲੋਕ ਨੇ। ਦੇਖੋ, ਬਰਨਾਲੇ 'ਚ, ਬਰਨਾਲਾ ਜ਼ਿਆਦਾ ਸ਼ਹਿਰੀ ਇਲਾਕਾ ਹੈ, ਅਤੇ ਸ਼ਹਿਰ 'ਚ ਜਿਹੜੀ ਲੁੱਟ ਖਸੁੱਟ ਦੀ ਅੱਜ ਕੱਲ੍ਹ ਗੱਲਬਾਤ ਚੱਲ ਰਹੀ ਹੈ, ਸਾਰੇ ਕਿਤੇ ਡੇਲੀ ਸ਼ਾਮ ਨੂੰ ਲੁੱਟਖੋਰੀ ਹੋ ਰਹੀ ਹੈ। ਇੱਥੇ ਫਰੋਤੀਆਂ ਮੰਗੀਆਂ ਜਾ ਰਹੀਆਂ। ਇੱਥੇ ਪਹਿਲਾਂ ਜਿਹੜੀਆਂ ਰਵਾਇਤ ਸੀਗੀਆਂ ਬਰਨਾਲੇ ਦੀ, ਜਿੱਥੇ ਤੁਹਾਨੂੰ ਸ਼ਹਿਰ ਸਾਰੇ ਸ਼ਹਿਰ ਨਿਵਾਸੀ ਤੁਹਾਨੂੰ ਸਵੇਰੇ 8 ਵਜੇ ਸੈਰ ਕਰਨ 'ਤੇ ਦਿਸਦੇ ਸੀਗੇ, ਅੱਜ ਕੋਈ ਆਪਦੇ ਘਰ 'ਚੋਂ ਬਾਹਰ ਨਿਕਲ ਕੇ ਸੁਰੱਖਿਅਤ ਨਹੀਂ ਹੈਗਾ। ਦੂਜੀ ਗੱਲ, ਰਾਤ ਨੂੰ ਸ਼ਾਮ ਹੋਣ ਤੋਂ ਪਹਿਲਾਂ ਹੀ ਦੁਕਾਨਾਂ ਦੀ ਸ਼ਟਰਸ ਥੱਲੇ ਹੁੰਦੇ ਹੈ, ਅਤੇ ਦੁਕਾਨਦਾਰ ਆਪਦੀ ਦੁਕਾਨ ਛੱਡ ਕੇ, ਆਪਦਾ ਵਪਾਰ ਛੱਡ ਕੇ ਭੱਜੇ ਭੱਜੇ ਵਿਚਾਰੇ ਘਰ ਵਾਪਸ ਜਾਂਦੇ ਆ। ਇਹ ਸ਼ਰਮ ਦੀ ਗੱਲ ਹੈ। ਅਤੇ ਮੈਂ ਤੁਹਾਨੂੰ ਇਹੀ ਦੱਸਦਾ ਕਿ ਜੇ ਬਰਨਾਲੇ ਦੇ ਲੋਕਾਂ ਨੇ ਐਤਕੀ ਸਾਡੀ ਪਾਰਟੀ ਨਾਲ ਅਤੇ ਮੇਰੇ ਨਾਲ ਇੱਕ ਰਿਸ਼ਤਾ ਜੋੜ ਲਿਆ, ਤਾਂ ਕੋਈ ਦੁਨੀਆ ਦੀ ਇਹੋ ਜਿਹੀ ਤਾਕਤ ਨਹੀਂ ਹੈਗੀ ਜਿਹੜਾ ਇਹ ਰਿਸ਼ਤਾ ਤੋੜ ਸਕੂਗੀ। ਅਸੀਂ ਇਹੋ ਜਿਹਾ ਇੱਥੇ ਰਾਜ 2 ਸਾਲਾਂ 'ਚ ਕਰਕੇ ਦੇਵਾਂਗੇ, ਜਿੱਥੇ ਤੁਹਾਨੂੰ ਲੁੱਟ ਕਸੁੱਟ, ਰਿਸ਼ਵਤਖੋਰੀ, ਇੱਥੇ ਫਰੋਤੀਆਂ ਬਿਲਕੁਲ ਵੀ ਨਹੀਂ ਦਿਸਣਗੀਆਂ। ਸਾਰੇ ਸੁਰੱਖਿਅਤ ਮਹਿਸੂਸ ਕਰਨਗੇ, ਸਾਰੇ ਖੁਸ਼ ਹੋਣਗੇ। ਦੂਜੀ ਮੈਂ ਮੰਗ ਕਰੂੰਗਾ ਸੈਂਟਰ ਸਰਕਾਰ ਤੋਂ ਵੀ, ਇੱਥੋਂ ਵੀ, ਕਿ ਅਸੀਂ ਬਰਨਾਲੇ ਸ਼ਹਿਰ ਵਾਸਤੇ ਕੋਈ ਵੱਡੀ ਪਾਰਕਿੰਗ ਬਣਾਈਏ। ਐਡਾ ਜ਼ਿਆਦਾ ਟ੍ਰੈਫਿਕ ਜੈਮ ਡੇਲੀ ਸ਼ਾਮ ਨੂੰ ਦੇਖਣ ਨੂੰ ਮਿਲਦਾ, ਅਤੇ ਕੋਈ ਗਾਹਕ ਆਪਣੀ ਗੱਡੀ ਤੋਂ ਉਤਰ ਕੇ ਕਿਸੇ ਦੁਕਾਨ 'ਚ ਵੜ ਹੀ ਨਹੀਂ ਸਕਦਾ। ਛੋਟੇ ਦੁਕਾਨਦਾਰ ਹੈ, ਛੋਟਾ ਮਾਰਜਿਨ 'ਤੇ ਕੰਮ ਕਰ ਰਹੇ ਹੈ, ਅਤੇ ਜੇ ਸਾਡੇ ਕੋਲ ਇੱਥੇ ਪਾਰਕਿੰਗ ਹੀ ਨਾ ਹੋਵੇ ਤਾਂ ਉਹਨਾਂ ਦੀ ਦੁਕਾਨਾਂ 'ਤੇ ਗਾਹਕ ਆਪਦੇ ਗੱਡੀਆਂ ਤੋਂ ਉਤਰ ਕੇ ਕਿਵੇਂ ਜਾ ਕੇ ਕਿਸੇ ਚੀਜ਼ ਦੀ ਖਰੀਦ ਕਰ ਸਕਣਗੇ। ਇੱਥੇ ਹਰ ਵਰਗ ਦਾ ਸਾਹ ਘੁੱਟਿਆ ਹੋਇਆ। ਅੱਜ ਮੰਡੀਆਂ 'ਚ ਦੇਖੋ ਹਾਲ ਕੀ ਹੋਇਆ ਪਿਆ। ਜਿਹੜੇ ਪਿਛਲੇ ਸਾਲ ਦੀ ਕਣਕ ਹੈਗੀ ਹੈ, ਚੌਲ ਹੈਗੇ ਹੈ, ਉਹ ਅੱਜ ਵੀ ਗੋਦਾਮਾਂ 'ਚ ਭਰੇ ਹੋਏ ਹੈ, FCI ਦੇ, ਅਤੇ ਜਿਹੜੇ ਆਪਣੇ ਪ੍ਰਾਈਵੇਟ ਗੋਦਾਮ ਹੈਗੇ ਆ। ਭਗਵੰਤ ਮਾਨ ਜੀ ਜਿਹੜੇ ਮੁੱਖ ਮੰਤਰੀ ਹੈ, ਉਹਨਾਂ ਨੂੰ ਸਾਡਾ ਸਿੱਧਾ ਸਵਾਲ ਹੈ ਕਿ 6 ਮਹੀਨਿਆਂ ਦੀ ਤੁਹਾਨੂੰ ਜਾਗ ਨਹੀਂ ਆਈ, ਤੁਸੀਂ ਜਾ ਕੇ ਗੋਦਾਮ ਖਾਲੀ ਕਿਉਂ ਨਹੀਂ ਕਰਾ ਸਕੇ? ਤੁਸੀਂ ਮੁੱਖ ਮੰਤਰੀ ਹੋ, ਤੁਹਾਡੇ ਤੋਂ ਗੋਦਾਮ ਨਹੀਂ ਖਾਲੀ ਕਰਾਏ ਜਾਂਦੇ? ਡੱਕੇ ਦਾ ਮੁੱਖ ਮੰਤਰੀ ਚੁਣ ਕੇ ਰੱਖਿਆ ਹੋਇਆ, ਡੱਕਿਆ ਰਹਿੰਦਾ ਸ਼ਰਾਬ 'ਚ, ਅਤੇ ਇੱਥੇ ਸਾਰੀ ਦੁਨੀਆ ਰੁੱਲ ਰਹੀ ਹੈ। ਇੱਥੇ ਕਿਸਾਨ ਜ਼ਿਮੀਂਦਾਰ 10-10 ਦਿਨਾਂ ਦੀ ਆਪਦੀ ਫਸਲ ਮੰਡੀਆਂ 'ਚ ਲੈ ਕੇ ਬੈਠੇ ਹੋਏ ਹੈ, ਪੂਰੀ ਰਾਤ ਆਪਦੀ ਫਸਲ ਦੀ ਰਾਖੀ ਕਰਨੀ ਪੈਂਦੀ, ਰਾਤ ਨੂੰ ਆ ਕੇ ਚੋਰ ਉਹਨਾਂ ਦੀ ਫਸਲ ਲੈ ਜਾਂਦੀ ਹੈ। ਸਵੇਰੇ ਤੋਂ ਲੈ ਕੇ ਸ਼ਾਮ ਤੱਕ ਉਸ ਮੰਡੀ 'ਚ ਬੈਠੇ ਕਿ ਸਾਡੀ ਬੋਲੀ ਹੋਊਗੀ। ਫਿਰ ਤੁਸੀਂ ਦੇਖੋ, ਆੜਤੀ ਇਹ ਜਿਹੜੇ ਹੈਗੇ ਆ, ਉਹ ਕੰਡਾ ਨਹੀਂ ਲਾ ਸਕਦੇ, ਉਹ ਵੀ ਸਾਰੇ ਰੁੱਲ ਗਏ। ਕਿਉਂ? ਕਿਉਂਕਿ ਕੰਡਾ ਲਾ ਕੇ ਅੱਗੇ ਜਿੱਥੇ ਫਸਲ ਨੇ ਜਾਣਾ ਹੈ, ਅਨਾਜ ਨੇ ਅੱਗੇ ਗੋਦਾਮਾਂ 'ਚ ਜਾਣਾ ਹੈ, ਉਹ ਸਾਰੇ ਗੋਦਾਮ ਪਿਛਲੇ ਸਾਲ ਦੀ ਅਨਾਜ ਨਾਲ, ਚੌਲ ਨਾਲ, ਕਣਕ ਨਾਲ ਭਰੇ ਹੋਏ ਹੈ। ਹੁਣ ਇਹ ਤੋਂ ਮਾੜੇ ਹਾਲਾਤ ਇੱਕ ਖੇਤੀ ਪ੍ਰਧਾਨ ਸੂਬੇ ਵਾਸਤੇ, ਜਿੱਥੇ ਖੇਤੀਬਾੜੀ ਲੋਕਾਂ ਦੀ ਸਭ ਤੋਂ ਵੱਡੀ ਆਮਦਨ ਹੈ, ਇਹ ਤੋਂ ਮਾੜੇ ਹਾਲਾਤ ਤੁਹਾਨੂੰ ਕਿੱਥੇ ਮਿਲਣਗੇ? ਇਹ ਇਹੋ ਜਿਹਾ ਇਹਨਾਂ ਨੇ ਗਵਾਰਾ ਬਣਾਤਾ ਪੰਜਾਬ ਦਾ, ਕਿ ਸਾਨੂੰ ਸਮਝ ਨਹੀਂ ਆ ਰਹੀ ਕਿ ਇਹ ਸਰਕਾਰ ਨੂੰ ਕੁਝ ਪਤਾ ਵੀ ਹੈਗਾ ਕਿ ਕਰਨਾ ਕੀ ਹੈ, ਕੀ ਨਹੀਂ ਕਰਨਾ। ਹੁਣ ਮੈਂ ਭਗਵੰਤ ਮਾਨ ਨੂੰ ਸਿੱਧਾ ਸਵਾਲ ਪੁੱਛਦਾ ਕਿ ਭਗਵੰਤ ਮਾਨ ਸਾਹਿਬ, ਜੇ ਤੁਸੀਂ 6 ਮਹੀਨੇ ਪਹਿਲਾਂ ਤਿਆਰੀ ਸ਼ੁਰੂ ਕੀਤੀ ਹੁੰਦੀ ਤਾਂ ਤੁਸੀਂ ਗੋਦਾਮ ਅੱਜ ਤੱਕ ਖਾਲੀ ਸੌਖੇ ਤਰੀਕੇ ਨਾਲ ਕਰਾ ਲੈਣਾ ਸੀ। ਤੁਹਾਨੂੰ ਲੋਕਾਂ ਨੇ ਮੁੱਖ ਮੰਤਰੀ ਬਣਾਇਆ। ਜੇ ਤੁਸੀਂ ਜਾਗੇ ਨਹੀਂ, ਹੁਣ ਤੁਸੀਂ 4 ਦਿਨ ਪਹਿਲਾਂ ਤਰਲੇ ਕੱਢ ਕੇ ਆਏ ਹੋ ਸੈਂਟਰ ਸਰਕਾਰ ਦੇ ਵਜ਼ੀਰਾਂ ਦੇ, ਆਹ ਕੰਮ 6 ਮਹੀਨੇ ਪਹਿਲਾਂ ਕਰਨਾ ਸੀ। ਅੱਜ ਤੁਸੀਂ ਰੌਲਾ ਪਾਉਣ ਜੋਗੇ ਵੀ ਨਹੀਂ ਰਹੇ ਕਿ ਭਾਈ ਸੈਂਟਰ ਸਾਡੀ ਗੱਲ ਨਹੀਂ ਮੰਨਦੀ, ਗੋਦਾਮ ਖਾਲੀ ਨਹੀਂ ਹੋ ਰਹੇ, ਕਿਉਂਕਿ ਭਾਈ ਸਾਹਿਬ ਆਹ ਕੰਮ 6 ਮਹੀਨੇ ਪਹਿਲਾਂ ਕਰਨ ਵਾਲਾ ਕੰਮ ਸੀ। ਜਿਹਨੂੰ ਅਕਲ ਹੀ ਨਾ ਹੋਵੇ ਉਹਨੂੰ ਆਪਾਂ ਚੁਣ ਕੇ ਮੁੱਖ ਮੰਤਰੀ ਬਣਾ ਰਹੇ ਹਾਂ।
फिर अपा रुलते हैं सारा पंजाब का इकोसिस्टम डिस्ट्रॉय हो गया, आर्थिक इकोसिस्टम इकोनमी पूरी डिस्ट्रॉय हो पी है। हुण इहो जिहे हालातों च साडी पार्टी ने मैनू मौका दिता, बरनाले की समुची जथेबंदी ने यह मौका दिता। इत्थे हरेक वर्ग महसूस कर रहा कि साडा सांह घुटिया गया। डी एस पी सतवीर सिंह मेरी गल सुन लै ध्यान नाल, मैं तो नहीं कुछ कर सकता हजे, पर जिहड़ा केस थोड़े ते मैं तैयार कर रहा, तैयार रह लो, थोड़ा जा समा रहिंदा, एक केस सारे किते दर्ज होगा। जिहड़ा पंचायती चोणां च आ खुड्डी कलां पिंड दे साडे गुरप्रीत सिंह जी नाल खड़े, उत्थे रिटर्निंग ऑफिसर जिहड़े पोलिंग स्टेशन च हाजिर सी, सरकारी मुलाजम, लेडीज़, टीचर्स, बाथरूम च इन्हें बंद किया सतवीर ने, पुट्ठा टंगांगे, देखी चलो कानूनी तरीके नाल करांगे। सो मैं सारे बरनाले निवासियों को बेनती करदा, जिन्नी फ्रस्ट्रेशन, जिन्ना गुस्सा साडे च भरिया होया, थोड़े च उत्तों दुगना भरिया होया, जे तुसी आ दो सालां लई साडे नाल रिश्ता कायम कर लोगे, मैं थोनू भरोसा दवांदा कि कदी जिंदगी च थोनू मौका नहीं मिलना कि रिश्ता तोड़िया जाए। ईमानदारी नाल, वफादारी नाल, मैं सिर्फ 27 साल दा डेली घूम फिर के लोगों तो सीखदा, कभी आप एडवोकेट साहब तो कोई चीज़ा सीखदा, कभी किसी तो सीखदा, सीख सीख के सीख सीख के कली कली चीज़ ते थोड़े नाल खड़ांगे, कली कली गल ते खड़े उतरांगे, कभी धोखा नहीं करांगे। वाहिगुरु जी का खालसा। बारे ये भी कहा जा रहा है कि तुसी बाहरले हलके तो आके जिथे चोण लड़ रहे हो। मैं सुनिया सीगा आ साडे कांग्रेस पार्टी दे उम्मीदवार काला टिल्लो साहब ने यह गल आखी सी कि बाकी उम्मीदवार एक्सपोर्ट है, यही गल है जी। कांग्रेस पार्टी बहुत बड़ी पार्टी है, जिहड़े टिल्लो साहब हैगे है उन्होंने पता होना चाहिए कि एक्सपोर्ट का मतलब है इतों कोई चीज़ बाहरले मुल्क से भेजना, बाहरली चीज़ जो इतने आती है उन्होंने इंपोर्ट कहते हैं। सो असी कोई एक्सपोर्ट नहीं है, साड़ी जमीन इतने हरीगढ़ पिंड च है, उस जमीन से साडा घर बन रहा, इतें ही रहना, इतने लोगों की सेवा करनी है। इलेक्शन एफिडेविट से चेक कर सकते, साडा मुकाबला सारी पार्टियां नाल हैगी है, अजे चोन शुरू हुई है ते सारे पार्टी दे कैंडिडेट्स मजबूत कैंडिडेट्स हैगे है। महाराज साढ़े सिर ते हाथ रखन, असी लोकां नाल रिश्ता कायम कर सकीए, यही बहुत बड़ा। यही चेयरमैन जे तुसी याद करोगे एसी मीथेड वास्ते खुल खुल के 2 महीने पहला प्रचार कर रहे सी, हुणे करप्ट हो गया, इन्हों का कला कला बंदा कुर्सी लई तरस रहा। जो तुसी देखिए को लोमड़ी या कोई जानवर जो भज्या भज्या आता है तो मूँह चो थुक निकलता, इन्हों मूँह चो थुक निकल रहा कुर्सी, मगर यह जे लोग ने इन्हों पर भरोसा ना किया जाए। 4 साल इन्होंने तबाही लिया थी है, जे हजे भी नहीं सानू सुझदा तो फिर मैं समझदा है कि तो माड़े दिन देखने कभी मिल नहीं सकते। सर की मुद्दे होंगे इस चोन के? मैं सारे तो मुद्दे होने दस दी, सारे दस।